सत श्री अकाल दोस्तों, की हाल चाल है यार। मॉडिफाइड क्लब की एक नवी वीडियो आ चुकी है। ट्रेलर तुम देख चुके हो, हूँ तुम्हें हैरान करने की गल दस लगा। इस ट्रैक्टर को 8 टायर, मतलब दुआबा साइड से मैं गल करा तो नंबर 1 ट्रैक्टर, एक इकलौता ट्रैक्टर ही होगा जिहड़ा कि 8 टायर वाला ट्रैक्टर तैयार होया। मालवे च होया भाजी, है ना? इस तो अलावा एक हरियाणे च होया। तो दुआबा साइड से जो गल करा तो पहला ट्रैक्टर है जिहड़ा कि 8 टायर तैयार किया गया। सोनालिका ट्रैक्टर है, 4x4 है, 13 मॉडल ट्रैक्टर है, 90 हॉर्स पावर ट्रैक्टर है। इस तो बाद टर्बो लग के वध चुका। सारी डिटेल दसांगे। क्यों भाजी? सब तो पहले अपना नाम दस दो वीरे। मेरा नाम मनजीत सिंह है भाजी। केड़ी जगह तो? आपा बाटकला पिंड है जी। ਤੁਸੀਂ ਭਾਜੀ? ਜਗਰੂਪ ਸਿੰਘ ਭਾਜੀ ਬਾਟਕਲਾ। ਤੇ ਯਾਰ ਟਰੈਕਟਰ ਹੈ ਨਾ ਘੈਂਟਲਾ, ਮਤਲਬ ਇਹਨੂੰ ਮੈਂ ਟਰੈਕਟਰ ਕਹਾਂ ਕਿ ਹਾਥੀ ਕਹਿ ਦੋ ਆ। ਜ਼ਬਰਦਸਤ ਹੈ। ਲੁੱਕ ਮਾੜੀ ਜੀ ਚੈੱਕ ਕਰ ਲਓ ਬੈਕ ਸਾਈਡ ਤੋਂ, ਪੂਰੀ ਡਿਟੇਲ ਦੱਸਣ ਜਾ ਰਿਹਾ। ਵੀਡੀਓ ਨੂੰ ਜਲਦੀ ਜਲਦੀ ਲਾਈਕ ਤੇ ਸ਼ੇਅਰ ਕਰ ਦਿਓ, ਰੱਜ ਕੇ ਸ਼ੇਅਰ ਕਰ ਦਿਓ ਕਿ ਪਤਾ ਲੱਗ ਜਾਵੇ ਕਿ ਪੰਜਾਬੀਆਂ ਨੇ ਗਾਹ ਪਾਤਾ ਪੂਰਾ। ਤੇ ਤੁਹਾਡੇ ਭਰੋਸੇ ਤੇ ਹੀ ਇਸ ਵੀਡੀਓ ਨੂੰ ਅੱਗੇ ਵਧਾਉਣ ਜਾ ਰਿਹਾ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਅੱਗੇ ਵਧੂਗੀ। ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ, ਕਿਉਂਕਿ ਤੁਹਾਡੇ ਭਰਾ ਦਾ ਇੱਕੋ ਹੀ ਏਮ ਰਹਿੰਦਾ ਕਿ ਯਾਰ ਵੱਧ ਤੋਂ ਵੱਧ ਨਵੀਆਂ ਤੋਂ ਨਵੀਆਂ ਚੀਜ਼ਾਂ ਲੱਭ ਕੇ ਲਿਆਵਾਂ। ਤੇ ਮਿਹਨਤ ਨੂੰ ਥੋੜਾ ਜਿਹਾ ਸਪੋਰਟ ਕਰਿਆ ਕਰੋ, ਤੁਹਾਡੇ ਪਿਆਰ ਦੀ ਜਿਹੜੀ ਉਮੀਦ ਆ ਉਹ ਬਹੁਤ ਰਹਿੰਦੀ ਹੈ। ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਇਸ ਵੀਡੀਓ ਤੇ। ਤੇ ਤੁਹਾਡੇ ਲਈ ਅੱਜ ਗਾਹ ਪਾਉਣ ਲੱਗੇ ਆ। ਵੀਡੀਓ ਨੂੰ ਅੰਤ ਤੱਕ ਦੇਖਦੇ ਰਹੀਓ। ਪੂਰੀ ਡਿਟੇਲ ਦੱਸਾਂਗੇ ਕਿ 8 ਟਾਇਰਾਂ ਦਾ ਜੁਗਾੜ ਕਿੱਦਾਂ ਲੱਗਾ, ਮਿਊਜ਼ਿਕ ਸਿਸਟਮ ਕਿੱਦਾਂ ਲੱਗਾ, ਟਰਬੋ ਕਿੱਦਾਂ ਲੱਗਾ, ਸਾਰੀ ਡਿਟੇਲ ਪੂਰੀ ਐਂਡ ਤੱਕ ਦੇਖਾਂਗੇ ਤੁਹਾਨੂੰ। ਪਿਆਰ ਦਿਓ ਵੀਡੀਓ ਨੂੰ। ਚਲਦੇ ਆ, ਸਟਾਰਟ ਕਰਦੇ ਆ, ਆਪਾਂ ਕਰਦੇ ਆ ਭਾਜੀ ਨਾਲ ਗੱਲਬਾਤ ਸਾਰੀ। ਤੇ ਇਹ ਹੈ ਜੀ ਟਰੈਕਟਰ ਦੀ ਫਰੰਟ ਸਾਈਡ, ਮਤਲਬ 90 ਹਾਰਸ ਪਾਵਰ ਕੰਪਨੀ ਵੱਲੋਂ ਆਉਂਦਾ, ਟਰਬੋ ਵੀ ਕੰਪਨੀ ਵੱਲੋਂ ਹੀ ਆਉਂਦਾ। ਤੇ ਭਾਜੀ ਮੈਂ ਇੱਕ ਗੱਲ ਕਰਾਂ, ਅਗਲੇ 4 ਟਾਇਰ ਤੇ ਮੈਂ ਕਾਫੀ ਵਾਰ ਸ਼ੂਟ ਕੀਤੇ ਆ, ਜੋਨ ਡੇਅਰ ਦੇ ਵੀ ਕੀਤੇ ਆ, ਸਵਰਾਜ ਦੇ ਵੀ ਕੀਤੇ ਆ, 4x4 ਦੇ ਕਾਫੀ ਟਰੈਕਟਰਾਂ ਦੇ ਕੀਤੇ ਆ, ਮਤਲਬ ਸੋਨਾਲੀਕਾ ਮੈਂ ਫਸਟ ਟਾਈਮ ਕਰਨ ਜਾ ਰਿਹਾ 4x4। ਤੇ ਭਾਜੀ ਇਹ ਜਿਹੜਾ ਇਹਦਾ ਫਰੰਟ ਰੇਅਰ ਤੇ ਸਾਈਜ਼ ਹੈ, ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ ਵਾਂ। ਇਹਦਾ ਹੈਗਾ ਜੀ 11x2x24। ਇਹ ਸਾਈਜ਼ ਤੁਸੀਂ ਚੈੱਕ ਕਰ ਸਕਦੇ ਹੋ। ਗੁਡੀਅਰ ਦੇ ਟਾਇਰ ਹੈ, ਰੇਡੀਅਲ ਟਾਇਰ ਨੇ। ਭਾਜੀ ਇਹਨਾਂ ਨੂੰ ਕਿੰਨੀ ਕੋਹ ਖਾਂਦੀ ਹੈ, ਇਹਨਾਂ ਨੂੰ ਕਿੱਦਾਂ ਜਗਾੜ ਲਾਇਆ ਜਾਂਦਾ, ਥੋੜ੍ਹਾ ਜਿਹਾ ਦੱਸੋ ਮਾੜਾ ਜਿਹਾ। ਇਹਨੂੰ ਭਾਜੀ ਵਿਚਾਲੇ ਜੀ ਆਪਾਂ ਨੂੰ ਪੈਪ ਮੋਟਾ ਲੈ ਕੇ, ਜਿਹੜਾ ਬੋਰਾਂ ਵਾਲਾ ਪੈਪ ਆ, ਉਹਨੂੰ ਰੈਡੀ ਕਰਕੇ ਪਲੇਟਾਂ ਕੱਟ ਕੇ ਇਹਨੂੰ ਆਪਾਂ ਸਪੇਸਰ ਤਿਆਰ ਕਰਾਏ ਆ ਜੀ। ਵਧੀਆ ਵਧੀਆ ਚ ਕਰਾਏ ਆ ਜੀ, ਜਿੱਥੇ ਮਰਜ਼ੀ ਲਾਓ ਕੋਈ ਟੈਨਸ਼ਨ ਨਹੀਂ ਜੀ, ਕੋਈ ਬਬਲਿੰਗ ਕੋਈ ਲੈਣੀ ਦੇਣੀ ਕੋਈ ਚੱਕਰ ਨਹੀਂ। ਭਾਜੀ ਜਿੱਦਾਂ 8 ਟਾਇਰ ਲਾ ਲਏ, ਕੋਈ ਜ਼ੋਰ ਨਹੀਂ ਖਾਂਦਾ ਟਰੈਕਟਰ? ਜ਼ੋਰ ਹੀ ਬਹੁਤ ਆ ਇੰਜਨ ਦੇ ਵਿੱਚ ਜੀ। ਅੱਛਾ ਜੀ, ਇਹਨੂੰ ਪਰਵਾਹ ਨਹੀਂ ਕੋਈ, ਜਿੱਥੇ ਮਰਜ਼ੀ ਵਾੜ ਦੋ ਜੀ। ਇੱਕ ਮੈਨੂੰ ਗੱਲ ਦੱਸੋ ਕਿ ਕਿੱਦਾਂ ਸੋਚ ਲਿਆ ਕਿ 8 ਟਾਇਰ ਲਾਣੇ ਆ ਆਪਾਂ, ਮਤਲਬ ਟਰੈਕਟਰ ਦੇ? ਜੀ ਪਹਿਲੋਂ ਤੋਂ ਲੈ ਕੇ ਟਰੈਕਟਰਾਂ ਦਾ ਸ਼ੌਂਕ ਹੀ ਆ ਜੀ। ਅੱਛਾ ਜੀ, ਕਦੇ ਕੋਈ ਕਦੇ ਕੋਈ, ਬਸ ਤਿਆਰ ਕਰਕੇ ਆਪਾਂ ਬਾਹਰ ਵੀ ਕੈਨੇਡਾ ਵੀ ਘੱਲਿਆ ਜੀ ਫੋਨ। ਕੀ ਬਾਤ ਹੈ ਜੀ, ਸੋ ਇੱਥੋਂ। ਹਾਂਜੀ, ਬਹੁਤ ਵਧੀਆ। ਉਸ ਤੋਂ ਬਾਅਦ ਚ ਇਹਦਾ ਆਪਣਾ ਦਿਲ ਕੀਤਾ ਵੀ ਇਹ ਵੀ ਤਿਆਰ ਕਰੀਏ ਇੱਥੇ, ਹੈ ਨਾ? ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਮੈਂ ਨਾ ਇਹ ਦੇਖੋ, ਤੁਸੀਂ ਪਹਿਲੇ ਫਰੰਟ ਸਾਈਡ ਤੋਂ ਚੈੱਕ ਕਰੋ। ਇਹਨੂੰ ਭਾਜੀ ਨੇ ਦੱਸਿਆ ਕਿ ਪਾਈਪ ਲਾ ਕੇ ਇੱਦਾਂ ਦਾ CNG ਦੇ ਸਪੇਸਰ ਲਾ ਕੇ ਇਹਨੂੰ ਬਾਹਰ ਕਢਾ ਕੇ ਤੇ ਇਹ ਤਿਆਰ ਕੀਤੇ ਆ ਜੀ। ਤੇ 2 ਟਾਇਰ ਅੱਗੇ ਇੱਧਰ, 11x24 ਦੇ 2 ਇੱਧਰ। ਇਹ ਤਾਂ ਚਲੋ ਯਾਰ ਕਾਫੀ ਵਾਰ ਆਪਾਂ ਦੇਖ ਵੀ ਚੁੱਕੇ ਹਾਂ, ਹੈ ਨਾ? ਇਸ ਤੋਂ ਹੈਰਾਨੀ ਕਰਨ ਵਾਲੀ ਗੱਲ ਜਿਹੜੀ ਇਹ ਆ ਨਹੀਂ ਇਹ ਸਮਝ ਤੋਂ ਬਾਹਰ ਹੋ ਗਿਆ ਕੰਮ। ਮਤਲਬ ਇਹਦਾ ਵੀ ਜਗਾੜਮੈਂਟ ਉਦਾਂ ਹੀ ਕੀਤਾ? ਹਾਂਜੀ, ਇਹਦਾ ਵੀ ਉਦਾਂ ਕੀਤਾ, ਸੇਮ ਟੂ ਸੇਮ, ਹੈ ਨਾ? ਮਤਲਬ ਟਾਇਰ ਜਿਹੜੇ ਇਹਨੂੰ ਮੈਂ ਪਹਿਲੇ ਤੁਹਾਨੂੰ ਦਿਖਾਉਣਾ ਚਾਹੁੰਦਾ, 18x4 30 ਦੇ ਟਾਇਰ ਹੈ। ਜਿਹੜਾ ਟਾਇਰ ਹੈ ਇਹਨੂੰ 18 ਦਾ ਆਉਂਦਾ, ਉਹਦਾ 16 ਦਾ ਵੀ ਆਉਂਦਾ, ਕਈਆਂ ਨੂੰ 4x4 ਨੂੰ ਇਹਨੂੰ 18 ਦਾ ਆਉਂਦਾ। ਤੇ ਤੁਸੀਂ ਚੈੱਕ ਕਰੋ ਭਾਜੀ ਨੇ ਜੁਗਾੜ, ਦੇਖੋ ਵਾਲਾ ਸੈਂਟਰ ਵਾਲਾ, ਉਹਨੂੰ ਲਾ ਕੇ ਤੇ ਇਹਨੂੰ ਇਹ 2 ਟਾਇਰਾਂ ਨੂੰ ਮਤਲਬ ਅਲੱਗ ਅਲੱਗ ਜੋੜ ਦਿੱਤਾ। ਤੇ ਇਹ ਜੇ ਟਰੈਕਟਰ ਦੀ ਰੇਅਰ ਲੁੱਕ ਭਰਾ ਮੇਰੇ, ਉਹ ਮਤਲਬ ਐਂਡ ਹੀ ਕਰਤੀ, ਕਮਾਲ ਹੀ ਕਰਤੀ ਭਾਜੀ। ਜਬਰਦਸਤ ਹੈ ਭਾਈ ਸਾਹਿਬ। ਅੱਜ ਦੇ ਟਰੈਕਟਰ ਦੀ ਜਿਹੜੀ ਮੇਨ ਇਨਫੋਰਮੇਸ਼ਨ ਹੈ ਨਾ, ਉਹ ਮੈਂ ਤੁਹਾਡੇ ਨਾਲ ਇਹੀ ਸ਼ੇਅਰ ਕਰਨਾ ਚਾਹੁੰਦਾ ਸੀਗਾ ਕਿ 8 ਟਾਇਰ ਬਾਈ ਨੇ ਕਰਤੇ 4x4 ਨੂੰ, ਮਤਲਬ ਰੱਜ ਕੇ ਗਾਹ ਪਾਉਣ ਵਾਲੀ ਗੱਲ ਹੈ। ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ, ਕਿਉਂਕਿ ਯਾਰ ਇਹ ਜ਼ਬਰਦਸਤ ਜੁਗਾੜ ਨਾ ਜਿਹੜਾ ਇਹ ਬੜਾ ਔਖਾ ਹੋਇਆ ਭਾਜੀ। ਇੱਕ ਵਾਰੀ ਜਿਹੜਾ ਟਰਬੋ ਹੈ ਉਹ ਵੀ ਕੰਪਨੀ ਵੱਲੋਂ ਹੀ ਆਇਆ, ਦਿਖਾਈਏ ਮਾੜਾ ਜੇ ਆਪਾਂ, ਇੱਕ ਵਾਰੀ ਆਪਾਂ ਟਰਬੋ ਵੀ ਦਿਖਾਈਏ। ਅਤੇ ਦੂਜਾ ਆਪਾਂ ਇੱਕ ਕੰਮ ਹੋਰ ਭਾਜੀ, ਇਹਦੇ 'ਤੇ ਸਾਰਾ ਜਿਹੜਾ ਖਰਚਾ ਹੋਇਆ ਉਹਦੇ ਬਾਰੇ ਵੀ ਸਾਰੀ ਗੱਲਬਾਤ ਕਰਾਂਗੇ ਭਾਜੀ ਦੇ ਨਾਲ ਕਿ ਕਿੰਨੀਆਂ ਕੁ ਦਿੱਕਤਾਂ ਕਿੰਨੀਆਂ ਕੁ ਆਈਆਂ ਇਹਨੂੰ ਕਰਨ 'ਚ ਜਾਂ ਕਿੱਦਾਂ। ਪਹਿਲੇ ਉਸ ਤੋਂ ਪਹਿਲੇ ਆਪਾਂ ਟਰਬੋ ਦੇਖਦੇ ਹਾਂ, ਆਪਾਂ ਆਉਂਦੇ ਹਾਂ ਜੀ ਇਸ ਸਾਈਡ 'ਤੇ, ਕਿਉਂਕਿ ਜੇ ਤੁਸੀਂ ਵਾਕਈ ਜ਼ੋਰ ਵਾਲਾ ਟਰੈਕਟਰ ਮੰਗਦੇ ਹੋ ਤਾਂ ਭਾਜੀ ਫਿਰ ਜ਼ੋਰ ਵਾਲਾ ਹੈ, ਪੂਰਾ ਜ਼ੋਰ ਹੈ, ਦਮ ਹੈ ਪੂਰਾ। ਹਾਂਜੀ ਪੂਰਾ ਜੀ, 2-3 ਟਰੈਕਟਰ ਛੱਡਦੇ, ਟਰਾਲੀ ਇਕੱਲਾ ਖਿੱਚਦੇ ਲਓ ਜੀ। ਤੇ ਇਹ ਜੀ ਜਿਹੜਾ ਕੰਪਨੀ ਵੱਲੋਂ ਲੱਗ ਕੇ ਆਈ ਹੈ, ਤੇ ਕਿੰਨੇ ਹੋਰਸ ਪਾਵਰ ਬਣ ਜਾਂਦਾ ਫਿਰ ਇਹਦੇ ਨਾਲ? ਇਹ ਭਾਜੀ 2000 ਚੱਕਰ ਤੇ ਕੱਢਦਾ ਜੀ, ਜਿੱਦਾਂ ਇਹ 90 ਹਾਰਸ ਪਾਵਰ। ਜੇ ਆਪਾਂ ਰੇਸ ਵੱਧ ਕਰਕੇ ਥੋੜ੍ਹਾ ਤੇਲ ਇਹਦਾ ਵੱਧ ਕੀਤਾ ਜੀ, ਹੁਣ ਇਹ ਪੂਰੀ 100 HP ਕੱਢਦਾ ਜੀ। 100 HP ਕੱਢ ਦਿੰਦਾ, ਜ਼ਬਰਦਸਤ ਹੈ ਭਾਜੀ। ਭਾਜੀ ਹੁਣ ਇਹ ਦੱਸੋ ਕਿ ਜਿੱਦਾਂ ਪਾਵਰ ਸਟੀਅਰਿੰਗ ਹੈ,
ਤੇ ਇਹਨੂੰ ਡਬਲ ਡਬਲ ਕਰਦਿਆਂ ਮਤਲਬ ਕਿੱਦਾਂ ਦਿੱਕਤ ਨਹੀਂ ਆਉਂਦੀ ਕੋਈ? ਪ੍ਰੋਬਲਮ ਨਹੀਂ ਭਾਜੀ, ਬਿਲਕੁਲ ਉਨਾ ਹੀ ਜਿੱਦਾਂ ਪਹਿਲਾਂ ਚੱਲਦਾ ਉਦਾਂ ਹੀ ਚੱਲਦਾ। ਤੇ ਐਵਰੇਜ ਦਾ ਕਿੰਨਾ ਕੁ ਫਰਕ ਪੈਂਦਾ? ਕੋਈ ਫਰਕ ਨਹੀਂ ਭਾਜੀ, ਭਾਜੀ ਇੰਜਣ ਹੀ ਬਹੁਤ ਤਕੜਾ ਜੀ, ਕੋਈ ਪਰਵਾਹ ਹੀ ਨਹੀਂ ਇਹਨੂੰ। ਕੋਈ ਪਰਵਾਹ ਹੀ ਨਹੀਂ। ਤੇ ਦੂਜੀ ਗੱਲ ਦੱਸੋ ਕਿ ਇਹਨੂੰ ਜਿਹੜਾ ਤੁਸੀਂ ਤਿਆਰ ਕੀਤੇ ਨੇ ਇਹ ਜਿਹੜੇ ਇੰਜਣ ਤੁਸੀਂ ਟਾਇਰ ਜਿਹੜੇ ਆ ਦੋਨਾਂ ਪਾਸੇ ਦੋ ਦੋ ਡਬਲ ਡਬਲ ਕਰ ਦਿੱਤੇ। ਹਾਂਜੀ ਹਾਂਜੀ। ਤੇ ਇਹਨਾਂ ਦੇ ਭਾਜੀ ਕਿੰਨਾ ਕੁ ਖਰਚਾ ਕਿੰਨਾ ਕੁ ਆ ਗਿਆ? ਭਾਜੀ ਆਪਾਂ ਜੀ ਖਰਚਾ ਨੋਰਮਲੀ 1-2 ਲੱਖ ਰੁਪਈਆ ਲੱਗਾ ਜੀ। 1-2 ਲੱਖ ਰੁਪਇਆ ਲੱਗ ਗਿਆ ਇਹਨਾਂ ਨੂੰ ਜੁਗਾੜ ਕਰਨ 'ਚ ਸਾਰਾ। ਤੇ ਭਾਜੀ ਇਹ ਹੁਣ ਖੇਤਾਂ 'ਚ ਕੰਮ ਕੁੰਮ ਦਾ ਇਹਦਾ ਔਖਾ ਹੀ ਆ? ਨਹੀਂ ਕਰਦਾ ਜੀ, ਪੂਰਾ ਵਧੀਆ ਜੀ, ਖੇਤਾਂ 'ਚ ਪਰਵਾਹ ਨਹੀਂ ਕੋਈ ਵੀ, ਜਦੋਂ ਮਰਜ਼ੀ ਟਰਾਲੀ ਕਿਤੇ ਖੁੱਭ ਜਿਵੇਂ ਕੁਛ ਵੀ ਆ, ਜ਼ੋਰ ਬਹੁਤ ਲਾਉਂਦਾ ਜੀ ਇਹ। ਅੱਛਾ ਜੀ, ਪੂਰਾ ਕੰਮ ਲੈਂਦੇ ਹੋ ਅੱਗੇ? ਕੰਮ ਜੀ ਜਿੱਥੇ ਮਰਜ਼ੀ ਹਰੇਕ ਕੰਮ 'ਤੇ ਲਾਈ ਜਾਂਦੇ। ਮਤਲਬ ਸ਼ੌਂਕ ਦੀ ਗੱਲ ਹੈ, ਕਿਸੇ ਨੇ ਮਿਊਜ਼ਿਕ ਸਿਸਟਮ 'ਤੇ ਪੈਸੇ ਲਾ ਤੇ ਤੇ ਕਿਸੇ ਨੇ ਇੱਦਾਂ ਜੁਗਾੜ ਲਾ ਗਿਆ, ਮਤਲਬ ਇੱਕ ਅਲੱਗ ਪਹਿਚਾਣ ਬਣਾ ਲਈ ਭਰਾ ਨੇ। ਭਾਜੀ ਮਜ਼ਾ ਆ ਗਿਆ ਟਰੈਕਟਰ ਦੇਖ ਕੇ ਤੁਹਾਡਾ, ਵਾਕਈ ਤੁਸੀਂ ਗਾਹ ਪਾਤਾ ਇਸ ਚੀਜ਼ 'ਚ, ਨਜ਼ਾਰਾ ਆ ਗਿਆ। ਇਸ ਤੋਂ ਬਾਅਦ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ, ਜਿਹੜਾ ਭਾਈ ਪਲੇਟਫਾਰਮ ਆਉਂਦਾ ਉਹ ਇੱਦਾਂ ਹੀ ਆਉਂਦਾ ਕੰਪਨੀ ਵੱਲੋਂ ਫਲੈਟ? ਇਹ ਸਾਰਾ ਫਲੈਟ ਪਲੇਟਫਾਰਮ ਹੈ 4x4 ਸੋਨਾਲੀਕਾ ਦਾ। ਅਗਰ ਤੁਸੀਂ ਪਲੈਨ ਕਰ ਰਹੇ ਹੋ ਲੈਣ ਦਾ, ਇਹਦੇ ਬਾਰੇ ਧਿਆਨ ਰੱਖੋ, ਸਾਰੀ ਡਿਟੇਲ ਤੁਹਾਨੂੰ ਜਿਹੜੀ ਦੱਸਣ ਜਾ ਰਿਹਾ। ਉਸ ਤੋਂ ਬਾਅਦ ਮਿਊਜ਼ਿਕ ਸਿਸਟਮ ਦੀ ਗੱਲ ਕਰਦਾ ਵਾਂ, ਤਾਂ 4 ਲੱਗੇ ਨੇ ਓਵਲ, 2 ਪਾਇਨੀਅਰ ਲੱਗ, 4 ਹੀ 4 ਦੇ 4 ਹੀ ਪਾਇਨੀਅਰ ਲੱਗੇ ਨੇ ਅਤੇ 2 ਲੱਗੇ ਨੇ JBL ਦੇ ਸਬਵੂਫਰ। ਇੱਕ ਲੱਗਾ 1400 ਵਾਟ ਦਾ, ਇੱਕ ਲੱਗਾ 1300 ਵਾਟ ਦਾ। ਤੇ ਇਹ ਜਿਹੜਾ ਭਾਜੀ ਇਹਦੇ ਤੇ ਐਂਪ ਕਿਹੜਾ ਯੂਜ਼ ਕਰ ਰਹੇ ਹੋ? ਭਾਜੀ ਆਪਣਾ ਰੋਕਫੋਰਡ ਦਾ ਐਂਪ ਲੱਗਾ। ਰੋਕਫੋਰਡ ਦਾ ਲੱਗੀ ਆ? ਮੋਨੋ ਲੱਗੀ ਆ। ਮੋਨੋ ਦਿਖਾਈਓ ਮਾੜੀ ਜੀ। ਉਹ ਭਾਜੀ ਵਿੱਚ ਹੈ ਜੀ, ਵਿੱਚ। ਅੱਛਾ, ਇਹਦੇ ਵਿੱਚ ਹੀ ਕਰਤੀ ਹੈ? ਕੀ ਬਾਤ ਹੈ ਜੀ, ਕੀ ਬਾਤ ਹੈ, ਬਹੁਤ ਵਧੀਆ। ਤੇ ਤੁਸੀਂ ਕੰਮ ਜਿਹੜਾ ਵਾ ਸੋਹਣਾ ਕੀਤਾ ਭਰਾ ਨੇ, ਵਿੱਚ ਹੀ ਸੈਟਿੰਗ ਕਰਤੀ ਸਾਰੀ। ਤੇ ਜਿਹੜੀ ਤਾਂ ਫਰੰਟ ਸਾਈਡ ਤੋਂ ਲੁੱਕ ਹੈ, ਤਾਂ ਦੋਨਾਂ ਪਾਸੋਂ ਨਾ ਮੈਂ ਤੁਹਾਨੂੰ ਇੱਕ ਵਾਰੀ 360° ਵਾਕ ਅਰਾਊਂਡ ਦਿੰਦਾ। ਸਭ ਤੋਂ ਪਹਿਲੇ ਬੈਕ ਸਾਈਡ ਦੀ ਲੁੱਕ ਚੈੱਕ ਕਰੋ। ਤੇ ਟਰੈਕਟਰ ਚੱਲਦੇ ਦਾ ਸ਼ਾਟ ਵੀ ਤੁਸੀਂ ਦੇਖ ਚੁੱਕੇ ਹੋ, ਅਮੇਜ਼ਿੰਗ ਆ ਯਾਰ। ਮਤਲਬ ਗਾਹ ਪਾ ਰਹੇ ਪੂਰਾ ਯਾਰ, ਕਿ ਇੱਦਾਂ ਦਾ ਟਰੈਕਟਰ ਅੱਜ ਤੋਂ ਪਹਿਲਾਂ ਨਾ ਮੋਡੀਫਾਈਡ ਕਲੱਬ 'ਤੇ ਕਦੀ ਆਇਆ, ਅਤੇ ਮੇਰੇ ਖਿਆਲ 'ਚ ਤੁਸੀਂ ਸ਼ਾਇਦ ਨਾ ਹੀ ਦੇਖਿਆ ਹੋਵੇ। ਜੇ ਨਹੀਂ ਦੇਖਿਆ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ ਯਾਰ, ਕਿਉਂਕਿ ਗਾਹ ਪਾਤਾ ਭਰਾ ਨੇ ਪੂਰਾ। ਅਤੇ ਇਹ ਦੇਖੋ ਜੀ, ਇਹ ਸਾਈਡ ਲੁੱਕ ਹੈ, ਇਹ ਹੈਗੀ ਹੈ ਜੀ ਫਰੰਟ ਲੁੱਕ, ਆਹ ਦੇਖੋ। ਉਹ ਭਾਈ ਸਾਹਿਬ ਜ਼ਬਰਦਸਤ, ਮਤਲਬ ਅਮੇਜ਼ਿੰਗ। ਭਾਅ ਜੀ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਗੱਲ ਕਰਾਂ, ਆਪਾਂ ਬੰਪਰ ਬੁੰਪਰ ਬਾਰੇ ਗੱਲ ਕਰਨਾ ਭੁੱਲ ਗਏ, ਜੋ ਵੀ ਅੱਜ ਦੀਆਂ ਮੇਨ ਚੀਜ਼ਾਂ ਸੀਗੀਆਂ ਜਿਹੜੀਆਂ ਉਹ ਟਾਇਰ ਸੀਗੀਆਂ। ਬੰਪਰ ਵੀ ਉੱਥੋਂ ਆਪਾਂ ਲੋਹੀਆਂ ਤੋਂ ਲਵਾਇਆ ਜੀ। ਅੱਛਾ, ਇਹਦਾ ਕਿੰਨਾ ਵਜਨ ਕਿੰਨਾ ਹੋਊਗਾ ਇਹਦਾ? ਇਹਦਾ ਜੀ ਹੈਗਾ 80 ਕਿਲੋ ਵਜਨ ਹੈ। 80 ਕਿਲੋ ਵਜਨ ਹੈ ਇਹਦਾ, ਹੈ ਨਾ? ਥੋੜ੍ਹਾ ਜਿਹਾ ਦੇਖਿਆ, ਇਹਨੂੰ ਡਾਊਨ ਕਰੀਏ ਆਪਾਂ ਸ਼ੋਅ ਨੂੰ, ਇੱਕ ਵਾਰੀ ਲੁੱਕ ਟਰੈਕਟਰ ਦੀ ਪੂਰੀ ਦੇ ਦਈਏ ਜ਼ਰਾ, ਇੱਕ ਵਾਰੀ ਆਪਾਂ ਟਰੈਕਟਰ ਦੀ ਪੂਰੀ ਲੁੱਕ ਤੁਹਾਨੂੰ ਚੈੱਕ ਕਰਾਉਂਦੇ ਹਾਂ। ਇਹ ਫਰੰਟ ਸਾਈਡ ਤੋਂ ਲੁੱਕ ਹੈ ਜੀ, ਬੈਕ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਚੁੱਕਾ, ਇਹ ਹੈਗੀ ਹੈ ਫਰੰਟ ਸਾਈਡ ਤੋਂ। ਅਤੇ ਜੇ ਕੋਈ ਵੀ ਭਰਾ ਮੇਰਾ ਮਤਲਬ ਇਸ ਚੀਜ਼ ਬਾਰੇ ਕੰਟੈਕਟ ਕਰਨਾ ਚਾਹੁੰਦਾ ਨਾ ਆਪਣੇ ਟਾਇਰਾਂ ਬਾਰੇ ਜਾਂ ਕੁਛ ਵੀ, ਤਾਂ ਭਾਅ ਜੀ ਨੂੰ ਕੰਟੈਕਟ ਕਰ ਸਕਦਾ? ਭਾਅ ਜੀ ਆਪਣਾ ਨੰਬਰ ਦੱਸ ਦਿਓ ਇੱਕ ਵਾਰੀ, ਜੇ ਕੋਈ ਭਰਾ ਪੁੱਛਣਾ ਚਾਹੇ ਤੁਹਾਨੂੰ ਕੁਛ। 9914-3066 ਆ ਜੀ। ਅਤੇ ਭਾਅ ਜੀ ਦਾ ਨੰਬਰ ਨੋਟ ਕਰ ਲਓ, ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੈ ਤੁਸੀਂ ਕਾਲ ਕਰ ਲਓ, ਸਲਾਹ ਲੈ ਲਓ। ਇਹ ਭਾਅ ਜੀ ਦੀ ਕੋਈ ਇਹ ਨਹੀਂ ਹੈ ਕਿ ਮਕੈਨਿਕ ਨੇ, ਮਤਲਬ ਇਹਨਾਂ ਨੇ ਆਪਣੇ ਸ਼ੌਂਕ ਨੂੰ ਤਿਆਰ ਕੀਤਾ, ਤੁਹਾਨੂੰ ਸਲਾਹ ਵਧੀਆ ਦੇ ਦੇਣਗੇ। ਉਸ ਤੋਂ ਬਾਅਦ ਬਾਰ ਲਾਈਟ ਵੀ ਲੱਗੀ ਹੈ ਫਰੰਟ ਸਾਈਡ ਦੇ ਉੱਤੇ, ਅਤੇ ਟਰੈਕਟਰ ਇੱਕ ਹੋਰ ਆਉਣ ਵਾਲਾ ਫੋਰਡ ਜ਼ਬਰਦਸਤ ਵਾਲਾ, ਉਹਦੇ ਲਈ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਆ ਜਾਵੇ। ਅਤੇ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਦੱਸਿਓ, ਤੁਹਾਡੇ ਕਮੈਂਟ ਦੀ ਵੇਟ ਰਹੂਗੀ। ਵੱਧ ਤੋਂ ਵੱਧ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਇਹਦੀਆਂ ਰੀਲਸ ਦੇਖਣ ਲਈ ਸਾਡੀ ਇੰਸਟਾਗ੍ਰਾਮ ਆਈਡੀ ਨੂੰ ਫੋਲੋ ਕਰਨਾ ਨਾ ਭੁੱਲਣਾ, modified_club2020 ਨੂੰ ਜ਼ਰੂਰ ਜਾ ਕੇ ਫੋਲੋ ਕਰੀਓ। ਅਤੇ ਬਸ ਤੁਸੀਂ ਪਿਆਰ ਦਿੰਦੇ ਰਹੀਓ, ਤੁਹਾਡੇ ਪਿਆਰ ਦੇ ਨਾਲ ਹੀ ਆਪਾਂ ਇੱਥੇ ਤੱਕ ਪਹੁੰਚੇ ਹਾਂ, ਅਤੇ ਇੱਦਾਂ ਹੀ ਵਧੀਆ ਵਧੀਆ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਪਿਆਰ ਦੇਣਾ ਤੁਹਾਡਾ ਕੰਮ, ਵੀਡੀਓਜ਼ ਲਿਆਉਣਾ ਤੁਹਾਡੇ ਭਰਾ ਦਾ ਕੰਮ। ਮਿਲਦੇ ਆ ਯਾਰ ਕੱਲ੍ਹ ਨਵੀਂ ਵੀਡੀਓ ਦੇ ਨਾਲ, ਤੁਸੀਂ ਪਿਆਰ ਦਈਓ। ਸਭ ਤੋਂ ਵਧੀਆ ਪਾਰਟ ਕਿਹੜਾ ਲੱਗਾ ਟਰੈਕਟਰ ਦਾ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ 8 ਟਾਇਰਾਂ ਵਾਲੇ ਟਰੈਕਟਰ ਨੂੰ ਰੱਜ ਕੇ ਸ਼ੇਅਰ ਕਰ ਦਿਓ। ਇੱਕ ਸ਼ੇਅਰ ਦੀ ਉਮੀਦ ਅਤੇ ਇੱਕ ਪਿਆਰ ਦੀ ਉਮੀਦ ਤੁਹਾਡੇ ਤੋਂ ਜ਼ਰੂਰ ਰੱਖੂੰਗਾ। ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਤਾਂ ਮਿਲਦੇ ਹਾਂ ਕੱਲ੍ਹ ਨਵੀਂ ਵੀਡੀਓ ਦੇ ਨਾਲ। ਥੈਂਕ ਯੂ ਸੋ ਮੱਚ, ਲਵ ਯੂ ਆਲ, ਟੇਕ ਕੇਅਰ, ਗੁੱਡ ਬਾਏ। ਅਤੇ ਜ਼ਰੂਰ ਫੋਲੋ ਕਰੀਓ ਇੰਸਟਾਗ੍ਰਾਮ ਆਈਡੀ ਨੂੰ ਵੀ modified_club2020 ਨੂੰ, ਕਿਉਂਕਿ ਉੱਥੇ ਤੁਹਾਨੂੰ ਇਹਦੀ ਰੀਲਸ ਦੇਖਣ ਨੂੰ ਮਿਲਣਗੀਆਂ। ਥੈਂਕ ਯੂ ਸੋ ਮੱਚ, ਬਾਏ ਬਾਏ।